ਅਸਲਾਮ ਅਲੈਕੁਮ ਵਰਹਮਤੁਲਾਹ ਵਬਰਕਾਤਹੂ। ਮੇਰੇ ਪਿਆਰੇ ਪਿਆਰੇ ਸੱਜਣੋ, ਮਿੱਤਰੋ, ਬੇਲੀਓ, ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਸ਼ਰਾਫਤ ਅਲੀ ਰਹਿਮਾਨੀ। ਹੋਰ ਸੁਣਾਓ ਸੱਜਣੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸਾਡੀ ਦੁਆ ਹੈ ਗੱਲਾਂ ਸਭ ਨੂੰ ਖੈਰ ਖਰੀਦ ਰੱਖੇ, ਸਿਹਤ ਰੱਖੇ, ਤੰਦਰੁਸਤ ਰੱਖੇ। ਸੱਜਣੋ, ਅੱਜ ਮੈਂ ਕਹਾਣੀ ਪੇਸ਼ ਕਰ ਰਿਹਾ। ਇੱਕ ਬਾਦਸ਼ਾਹ ਹੁੰਦਾ ਹੈ ਅਤੇ ਉਹ ਆਪਦੇ ਪੁੱਤਰ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਉਹ ਨਾਲ ਸਾਥੀਆਂ ਨੂੰ ਮਿਲਣ ਲੈਂਦਾ, ਜੰਗਲ ਵਿੱਚ ਜਾਂਦੇ ਨੇ ਤਾਂ ਉੱਥੇ ਇੱਕ ਬੱਕਰੀ ਉਹਨਾਂ ਨੂੰ ਚੱਲ ਜਾਂਦੀ, ਉਹ ਦਿੰਦੀ 7 ਲੋਟੇ ਦੁੱਧ। ਇਹ ਗੌਰ ਨਾਲ ਸੁਣਿਆ ਜੇ, ਬੜੀ ਪਿਆਰੀ ਕਹਾਣੀ ਹੈ, ਬਿਹਤਰੀਨ ਹੈ। ਅਤੇ ਕਹਾਣੀ ਦਾ ਕੰਮ ਹੀ ਹੁੰਦਾ ਸੱਜਣਾਂ ਨੂੰ ਸੁਣਾਉਣ ਵਾਸਤੇ, ਅਤੇ ਮੇਰਾ ਕੰਮ ਹੈ ਸੁਣਾਉਣਾ ਅਤੇ ਤੁਹਾਡਾ ਕੰਮ ਹੈ ਸੁਣਦਾ ਰਹਿਣਾ। ਕਹਾਣੀ ਨਵੀਂ ਹੈ ਅਤੇ ਦਿਲਚਸਪ ਗੱਲ ਹੈ, ਬੜੀ ਬਿਹਤਰੀਨ। ਅਤੇ ਗੱਲ ਜੇ ਮੈਂ ਕਹਿੰਦਾ ਨਾ ਤਾਂ ਸਮਝਿਆ ਕਰੋ ਵੀ ਕਹਾਣੀ ਨੂੰ ਕਹਿੰਦੇ ਨੇ, ਗੱਲ ਕਹਾਣੀ ਨੂੰ ਕਹਿੰਦੇ ਨੇ। ਆਮ ਇੱਕ ਗੱਲ ਨੂੰ ਗੱਲ ਕੀਤੀ ਆਖੀ ਜਾਂਦੀ ਹੈ, ਲੇਕਿਨ ਗੱਲ ਕਹਾਣੀ ਨੂੰ ਵੀ ਕਹਿੰਦੇ ਨੇ। ਇਹ ਕਹਾਣੀ ਹੈ, ਇਹਨੂੰ ਗੱਲ ਵੀ ਆਖਿਆ ਜਾਂਦਾ। ਅਤੇ ਗੌਰ ਨਾਲ ਸੁਣਿਆ ਜੇ, ਸ਼ੁਰੂ ਕਰਨਾ ਆ। ਸੱਜਣੋ, ਇੱਕ ਸ਼ਹਿਰ ਦਾ ਬਾਦਸ਼ਾਹ ਸੀ, ਉਹਦੇ ਕੋਲ ਇੱਕੋ ਇੱਕ ਪੁੱਤਰ ਸੀ, ਬੜਾ ਸੋਹਣਾ ਅਤੇ ਬੜਾ ਜ਼ਹੀਨ, ਬਿਹਤਰੀਨ। ਅਤੇ ਬਾਦਸ਼ਾਹ ਦੀ ਮਲਕਾ ਮਰ ਗਈ, ਫੌਤ ਹੋ ਗਈ। ਹੁਣ ਇੱਕੋ ਇੱਕ ਮੁੰਡਾ ਹੁੰਦਾ। ਹੁਣ ਬਾਦਸ਼ਾਹ ਜਿਹੜਾ, ਤੁਹਾਨੂੰ ਪਤਾ ਹੈ ਵੀ ਜਿਹੜੇ ਬਾਦਸ਼ਾਹ ਹੁੰਦੇ ਨੇ ਉਹਨਾਂ ਨੂੰ ਕੋਈ ਕਮੀ ਤਾਂ ਕੋਈ ਨਹੀਂ ਹੁੰਦੀ ਬੇਗਮਾਂ ਦੀ। ਇੱਕ ਮਰ ਗਈ ਤਾਂ 8 ਪਾਰ ਨਹੀਂ ਪੈਣ ਦਿੰਦੇ, ਦੂਜੀ ਲੈ ਲੈਂਦੇ ਨਗਲ। ਲਓ ਜੀ, ਉਹਨੇ ਬੇਗਮ ਨਵੀਂ ਹੋਰ ਲੈ ਆਉਂਦੀ। ਸੱਜਣੋ, ਜਿਹੜੇ ਨਵੀਂ ਬੇਗਮ ਆਈ, ਉਹਨੇ ਜਿਹੜੇ ਵੇਖਿਆ, ਉਹਨੇ ਸੋਚਿਆ ਵੀ ਜਿਹੜਾ ਇਹਦਾ ਮੁੰਡਾ ਬਾਦਸ਼ਾਹ ਦਾ ਪਹਿਲਾ, ਇਹ ਵੱਡਾ ਹੈ ਅਤੇ ਜਿਹੜੇ ਮੇਰੇ ਵਿੱਚੋਂ ਹੋਣਗੇ ਉਹ ਛੋਟੇ ਹੋਣਗੇ, ਅਤੇ ਇਹਨੇ ਤਾਂ ਉਹਨਾਂ ਨੂੰ ਸਮਝਣੇ ਕੁਝ ਨਹੀਂ, ਅਤੇ ਤਖ਼ਤ ਦਾ ਵਾਰਸ ਇਹ ਬਣ ਜਾਏਗਾ। ਉਹਵੇ ਨਾ ਨਾ ਇਹਨੂੰ ਬਿਲੇ ਲਵਾਉਣੀ ਆ, ਅਤੇ ਤਾਂ ਗੱਲ ਬਣਦੀ ਆ। ਸੱਜਣੋ, ਜਿਹੜੀਆਂ ਪਰਾਈਆਂ ਮਾਵਾਂ ਹੁੰਦੀਆਂ ਨੇ ਨਾ, ਮਤਰੇਈਆਂ, ਉਹ ਕੋਈ ਕੋਈ ਹੁੰਦੀਆਂ ਨੇ ਜਿਹੜੀਆਂ ਅਹਿਸਾਸ ਕਰਦੀਆਂ ਨੇ, ਸਾਰੀਆਂ ਨਹੀਂ ਕਰਦੀਆਂ। ਇੱਕ ਬੰਦੇ ਕੋਲ ਪਹਿਲੀ ਔਲਾਦ ਹੈਗੀ ਹੈ ਨਾ, ਅਗਰ ਬੇਗਮ ਦੀ ਫੌਤ ਹੋ ਗਈ ਹੈ ਜਾਂ ਉਹ ਛੱਡ ਦਿੱਤੀ ਹੈ ਕਿਸੇ ਵਜ੍ਹਾ ਤੋਂ, ਅਤੇ ਉਹਨੇ ਨਵੀਂ ਸ਼ਾਦੀ ਕਰ ਲਈ ਹੈ, ਉਹ ਇਹ ਨਾ ਦਿਲ ਹੀ ਸੋਚੇ ਵੀ ਨਵੀਂ ਜਿਹੜੀ ਆਵੇ ਦੀ ਮੇਰੀ ਔਲਾਦ ਨਾਲ ਬੜਾ ਪਿਆਰ ਅਤੇ ਮੁਹੱਬਤ ਕਰੇਗੀ। ਇਹ ਨਹੀਂ ਹੋ ਸਕਦਾ। ਕੁਛ ਸੋਚ ਚੋਂ ਇੱਕ ਹੈਗੀ ਵੀ, ਇਹ ਨਹੀਂ ਵੀ ਸਾਰੀਆਂ ਇੱਕੋ ਜਿਹੀਆਂ ਹੀ ਨੇ। ਕਈ ਐਸੀਆਂ ਐਸੀਆਂ ਬੀਬੀਆਂ ਪਈਆਂ ਨੇ ਜਿਹੜੀ ਆਪਦੀ ਔਲਾਦ ਨਾਲੋਂ ਵੱਧ ਕੇ ਸਮਝਦੀਆਂ ਨੇ, ਇਸ ਵਾਸਤੇ ਕਿ ਅੱਲਾਹ ਤਾਲਾ ਰਾਜ਼ੀ ਹੋਵੇਗਾ ਅਤੇ ਇਹਨਾਂ ਦੇ ਮੂੰਹ ਨੂੰ ਅੱਲਾਹ ਤਾਲਾ ਮੈਨੂੰ ਵੀ ਪਾਕ ਲਾਏਗਾ। ਉਹ ਕੋਈ ਸੋਚ 'ਚ ਚੰਦ ਹੁੰਦੀਆਂ ਮੈਨੂੰ। ਉਹ ਜਿਹੜੀ ਬਾਦਸ਼ਾਹ ਦੀ ਬੇਗਮ ਨਵੀਂ ਸੀ, ਉਹਨੇ ਨਾਵਲੀ ਘਰ ਦੇ ਵਿੱਚ ਰੌਲਾ ਪਾ ਦਿੱਤਾ, ਮੈਨੂੰ ਪੇਟ ਸੂਲ, ਮੈਨੂੰ ਪੇਟ ਸੂਲ। ਬਾਦਸ਼ਾਹ ਆਇਆ, ਉਹਨੇ ਆਹ ਗੱਲ ਕੀ, ਉਹਨੇ ਆਹ ਗੱਲ ਇਹ, ਜਿਹੜਾ ਤੇਰਾ ਇਹ ਮੁੰਡਾ ਹੈ ਇਹ ਮੈਨੂੰ ਨਹੀਂ ਅਵਾਰਾ ਖਾਂਦਾ, ਸਿੱਧੀ ਗੱਲ ਹੈ। ਜਾਂ ਤਾਂ ਇਹਨੂੰ ਕਤਲ ਕਰਵਾ ਦੇ ਅਤੇ ਜਾਂ ਇਹਨੂੰ ਦੇਸ਼ ਨਿਕਾਲਾ ਦੇ ਤਾਂ ਕਿ ਮੈਨੂੰ ਵੀ ਨਜ਼ਰ ਨਾ ਆਵੇ, ਅਤੇ ਜੇ ਤੂੰ ਇਹਨੂੰ ਰੱਖਣਾ ਹੈ ਤਾਂ ਮੈਨੂੰ ਛੱਡ ਦੇ, ਮੈਂ ਨਹੀਂ ਰਹਿਣਾ। ਬਾਦਸ਼ਾਹ ਜਿਹੜਾ ਸੀ
ਉਹਨੇ ਆਖਿਆ ਬੇਗਮ ਮੂੰਹ ਮੱਥੇ ਵਾਲੀ ਹੈ ਅਤੇ ਔਲਾਦ ਤਾਂ ਇਹਦੇ ਵਿੱਚੋਂ ਵੀ ਹੋ ਪਏ ਦੀ। ਹਾਂਜੀ ਅਤੇ ਹੋਵੇ ਨਾ ਤਾਂ ਇਹ ਜਿਹੜਾ ਮੁੰਡਾ ਹੈ ਇਹਨੂੰ ਵਿਹੜੇ ਲਵਾ ਦਿੰਦਾ। ਸਜਣੋ ਤੋਂ ਸੁਣੀ ਗੱਲ ਰਾਜੇ ਸੱਲ ਦੀ, ਉਹਨੇ ਵੀ ਬੇਗਮ ਲੂਣਾ ਦੇ ਪਿੱਛੇ ਲੱਗ ਕੇ ਅਤੇ ਪੁੱਤਰ ਨੂੰ ਹਲਾਲ ਖੁਰਾਂ ਨੂੰ ਦੇ ਦਿੱਤਾ ਸੀ ਵੀ ਜਾਓ ਇਹਨੂੰ ਕਤਲ ਕਰ ਦਿਓ। ਇਹ ਬਾਦਸ਼ਾਹ ਇਹੋ ਜਿਹੇ ਹੁੰਦੇ ਸਨ ਅੱਗੇ। ਰਾਜਾ ਸਲਵਾਨ ਉਹਨੇ ਆਪਦੇ ਪੁੱਤਰ ਪੂਰਨ ਭਗਤ ਨੂੰ ਮਰਵਾ ਦਿੱਤਾ ਬੇਗਮ ਦੇ ਪਿੱਛੇ ਲੱਗ ਕੇ। ਇਸ ਤਰ੍ਹਾਂ ਉਹ ਬਾਦਸ਼ਾਹ ਨੇ ਸੋਚਿਆ ਵੀ ਬੇਗਮ ਮੈਨੂੰ ਚੰਗੀ ਲੱਭ ਗਈ ਹੈ ਅਤੇ ਔਲਾਦ ਤਾਂ ਇਹਦੇ ਵਿੱਚੋਂ ਵੀ ਹੋ ਪੈਦੀ ਤਾਂ ਹੋਵੇ ਨਾ ਤਾਂ ਇਹਨੂੰ ਮੈਂ ਵਿਹੜੇ ਲਾਉਣਾ। ਹੁਣ ਉਹਨੇ ਜਲਾਦਾਂ ਨੂੰ ਸਾਧ ਲਿਆ, ਲੈ ਬਈ ਇਹਨੂੰ ਨਾ ਲੈ ਜਾਓ ਬਾਹਰ ਜੰਗਲ 'ਚ ਜਾ ਕੇ ਇਹਨੂੰ ਬੇਰੇ ਬੇਰੇ ਕਰ ਦਿਓ। ਵਜ਼ੀਰ ਅਕਲਮੰਦ ਸੀ, ਉਹਨੇ ਆਖਿਆ ਬਾਦਸ਼ਾਹ ਸਲਾਮਤ ਇੰਨਾ ਜ਼ੁਲਮ ਨਾ ਕਰ, ਆਖਰ ਤੇਰਾ ਪੁੱਤਰ ਹੈ, ਤੂੰ ਨਹੀਂ ਇਹਨੂੰ ਰੱਖਣਾ ਚਾਹੁੰਦਾ, ਇਹਨੂੰ ਦੇਸ ਨਿਕਾਲਾ ਦੇ, ਇਹਨੂੰ ਸ਼ਹਿਰ 'ਚੋਂ ਬਾਹਰ ਕੱਢ ਦੇ, ਜਿੱਥੇ ਇਹਦੇ ਸਿੰਘ ਸਮਾਉਣਗੇ ਇਹ ਆਪਦਾ ਉੱਥੇ ਜਾ ਕੇ ਗੁਜ਼ਾਰਾ ਕਰ ਲੈਦਾ, ਅਤੇ ਕਿਉਂ ਜਾਣ ਵਿਚਾਰੇ ਦੀ ਗੱਲ ਕਰਨਾ, ਇਹ ਕੰਮ ਨਾ ਕਰ, ਆਖਰ ਪੁੱਤਰ ਹੈ ਤੇਰਾ, ਫੜਿਆ ਇੰਜ ਡੈਰ ਜ਼ੁਲਮ ਤਾਂ ਨਾ ਕਰ। ਖੈਰ ਉਹ ਵਜ਼ੀਰ ਨੇ ਸਮਝਾਇਆ, ਸਮਝਦਾਰ ਸੀ ਉਹਨੇ ਸਮਝਾਇਆ ਤਾਂ ਬਾਦਸ਼ਾਹ ਸਮਝ ਗਿਆ। ਉਹਨੇ ਕਿਹਾ ਠੀਕ ਹੈ ਜੀ, ਪੁੱਤਰ ਨੂੰ ਆਖਿਆ ਜਾ ਬਈ ਓਏ ਤੈਨੂੰ ਦੇਸ਼ ਨਿਕਾਲਾ ਹੈ, ਤੂੰ ਮੇਰੇ ਦੇਸ਼ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਦਾਖਲ ਨਹੀਂ ਹੋ ਸਕਦਾ, ਜਿਹੜੇ ਦਿਨ ਤੇਰਾ ਪਤਾ ਲੱਗ ਗਿਆ ਵੀ ਸ਼ਹਿਰ ਦੇ ਵਿੱਚ ਦਾਖਲ ਹੋਏ ਉਸ ਦਿਨ ਤੇਰਾ ਤੁਹਾਡੇ ਨਾਲ ਸਿਰ ਵੱਖਰਾ ਕਰ ਦਿੱਤਾ ਜਾਏਗਾ। ਉਹਨੇ ਕਿਹਾ ਠੀਕ ਹੈ ਅੱਬੂ ਜੀ, ਨਾਲੇ ਰੋਣ ਲੱਗ ਪਿਆ, ਤੁਰ ਪਿਆ ਰੋਂਦਾ ਦੁੰਦਾ। ਸਜਣੋ ਅਤੇ ਉਹਦਾ ਬੇਲੀ ਬਣੇ ਹੋਏ ਸਨ, ਇੱਕ ਬੇਲੀ ਕੋਲ ਗਿਆ ਅਤੇ ਜਾ ਕੇ ਉਹਨੂੰ ਮਿਲਿਆ, ਗਿਲੇ ਨੂੰ ਆਉਂਦਾ ਸਜਣਾ ਮੈਨੂੰ ਮਿਲ ਗਏ ਦੇਸ਼ ਨਿਕਾਲਾ ਕਰੋ ਅਤੇ ਮੈਂ ਚੱਲਿਆ ਅਤੇ ਮੇਰੇ ਦਿਲ ਦੀ ਖੁਆਇਸ਼ ਹੈ ਤੂੰ ਮੈਨੂੰ ਮਿਲ ਲੈ, ਖਰ ਫਿਰ ਜ਼ਿੰਦਗੀ 'ਚ ਮੇਲ ਹੋਣਾ ਹੈ ਜਾਂ ਨਹੀਂ ਹੋਣਾ ਕੀ ਪਤਾ, ਕਿੱਧਰ ਨੂੰ ਮੈਂ ਜਾਣਾ। ਉਹ ਬੇਲੀ ਵੀ ਚੰਗਾ ਸੀ, ਉਹਨੇ ਆਖਿਆ ਯਾਰ ਗੱਲ ਸੁਣ, ਤੈਨੂੰ ਛੱਡ ਨਹੀਂ ਸਕਦਾ, ਜੇ ਅੱਜ ਤੈਨੂੰ ਦੇਸ਼ ਨਿਕਾਲਾ ਤਾਂ ਕੱਲ੍ਹ ਨੂੰ ਹੋ ਸਕਦਾ ਸਾਨੂੰ ਵੀ ਮਿਲ ਜਾਏ, ਮੈਂ ਵੀ ਨਾ ਤੇਰੇ ਨਾਲ ਹੀ ਚੱਲਣਾ। ਬਥੇਰਾ ਉਹਨੇ ਸਮਝਾਇਆ, ਉਹਨੇ ਆਖਿਆ ਨਹੀਂ ਮੈਂ ਵੀ ਚੱਲਣਾ। ਇਸ ਤਰ੍ਹਾਂ ਉਹਨੇ ਦੂਜਿਆਂ ਨੂੰ ਇਕੱਠਿਆਂ ਕੀਤਾ ਸਾਰਿਆਂ ਨੂੰ, ਜਦੋਂ ਇਕੱਠਿਆਂ ਕੀਤਾ ਨਾ ਸਾਰਿਆਂ ਨਾਲ ਗੱਲ ਕੀਤੀ ਵਾਰੀ ਵਾਰੀ ਵੀ ਮੈਨੂੰ ਦੇਸ਼ ਨਿਕਾਲਾ ਹੈ ਤਾਂ ਮੈਨੂੰ ਮਿਲ ਗਿਲ ਲਵੋ, ਮੈਂ ਪਤਾ ਨਹੀਂ ਫਿਰ ਜ਼ਿੰਦਗੀ 'ਚ ਜਿਉਂਦਿਆਂ ਆਉਣਾ ਹੈ ਕਰ ਨੂੰ ਇੱਧਰ ਨੂੰ ਜਾਂ ਨਹੀਂ ਆਉਣਾ, ਆਉਣਾ ਕਿੱਧਰ ਵੀ ਜਦ ਲਿਖਿਆ ਗਿਆ ਵੀ ਸ਼ਹਿਰ ਦਾਖਲ ਹੀ ਨਹੀਂ ਹੋ ਸਕਦਾ, ਤਾਂ ਮੈਨੂੰ ਮਿਲ ਗਿਲ ਲਵੋ ਆਖਰੀ ਵਾਰ, ਪਤਾ ਨਹੀਂ ਮੈਂ ਜੀਣਾ ਕਿ ਮਰਨਾ। ਉਹਨਾਂ ਛਾਂ ਮੁੰਡਿਆਂ ਨੇ ਆਖਿਆ, ਸੱਤਵਾਂ ਆਪ ਸੀ ਅਤੇ 6 ਮੁੰਡੇ ਦੂਜੇ ਸਨ, ਉਹਨਾਂ ਛੀਆਂ ਹੀ ਇਹ ਗੱਲ ਆ ਕੇ ਉਹਨਾਂ ਕਹਿੰਦਾ ਨਹੀਂ ਬਈ ਤੈਨੂੰ ਨਹੀਂ ਛੱਡ ਸਕਦੇ, ਅੱਜ ਦੇਸ਼ ਨਿਕਾਲਾ ਤੈਨੂੰ ਮਿਲ ਗਿਆ ਅਤੇ ਕੱਲ੍ਹ ਨੂੰ ਸਾਨੂੰ ਵੀ ਮਿਲ ਸਕਦਾ, ਅਤੇ ਸੋਹਣਾ ਤੇਰੇ ਨਾਲ ਹੀ ਜਾਣਾ, ਜਿੱਥੇ ਤੈਨੂੰ ਡੰਗ ਤੇਰਾ ਪੈਂਦਾ ਰਹੇਗਾ ਤਾਂ ਸਾਡਾ ਵੀ ਪਵੇਗਾ। ਉਹਨੇ ਆਖਿਆ ਬਈ ਠੀਕ ਹੈ ਆ ਜਾਓ। ਤੁਰ ਪਏ, 7 ਜਣੇ ਹੋ ਗਏ ਗੱਭਰੂ ਮੁੰਡੇ, ਇਹ ਤਾਂ ਨਹੀਂ ਵੀ ਉਹ ਨਿੱਕੇ ਨਿੱਕੇ ਸਨ, ਵਾਹ ਵਾਹ ਕੋਈ 16-16 17-17 18-17 ਸਾਲ ਉਹਨਾਂ ਦੀ ਉਮਰ, ਜਵਾਨ। ਤੁਰ ਪਏ ਸਜਣੋ, ਟੁਰਦੇ 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 ਜਨਾਬ ਅਲੀ ਬੜਾ ਪੰਧ ਕੀਤਾ,
ਇੱਕ ਜੰਗਲ ਵੀ ਆ ਬਾਹਰ ਆ ਗਿਆ। ਉਹਦੇ ਸ਼ਹਿਰ ਤਾਂ ਉਹਨਾਂ ਵਕਤਾਂ ਵਿੱਚ ਹੁੰਦੇ ਹੀ ਸਨ, ਕਿਤੇ ਦੂਰ ਦੂਰ ਪਿੰਡ ਲੱਭਦਾ ਹੀ ਕੋਈ ਸੀ। ਬੜੇ ਬੜੇ ਦੂਰਾਂ 'ਤੇ ਪੰਧਾਂ 'ਤੇ ਜਾ ਕੇ ਕੋਈ ਪਿੰਡ ਸ਼ਹਿਰ ਆਉਂਦਾ ਸੀ ਤਾਂ ਆਉਂਦਾ ਹੀ ਕੋਈ ਸੀ। ਉਹਨਾਂ ਜਨਾਬ ਅਲੀ ਉਸ ਜੰਗਲ ਦੇ ਵਿੱਚ ਜਲੇ ਪਹੁੰਚੇ ਅਤੇ ਵੇਖਿਆ ਕਿ ਇੱਕ ਬੜਾ ਸੋਹਣਾ ਪਲੰਘ ਪਿਆ ਹੋਇਆ ਅਤੇ ਨਾਲ ਇੱਕ ਬੱਕਰੀ ਬੱਧੀ ਖੜੀ। ਬੱਕਰੀ ਵੀ ਠੀਕ ਠਾਕ, ਵੱਡੀ ਸਾਈ ਬੱਕਰੀ, ਚੰਗੇ ਦੇ ਗੇਠ ਗੇੜੇ ਜਿਹੜੇ ਲੰਮੇ ਥਣ ਹੁੰਦੇ, ਅਤੇ ਕੋਲ ਇੱਕ ਲੋਟਾ ਪਿਆ ਆ। ਲੋਟਾ ਆਮ ਉਹ ਹੁੰਦਾ ਜਿਹੜਾ ਇਹ ਬਾਥਰੂਮਾਂ 'ਚ ਰੱਖਦੇ ਲੋਕ, ਇਹ ਵੀ ਲੋਟਾ ਹੁੰਦਾ ਸਜਣੋ। ਇੱਕ ਸ਼ਾਇਦ ਇਹ ਇੱਕ ਨਾ ਕਿੰਨੀਆਂ ਕਿੰਨੀਆਂ ਚੀਜ਼ਾਂ ਦਾ ਹੁੰਦਾ। ਇੱਕ ਲੋਟਾ ਉਹ ਹੁੰਦਾ ਹੈ ਜਿਹੜਾ ਘੁਮਿਆਰ ਬਣਾਉਂਦੇ ਹੁੰਦੇ ਸਨ ਮਿੱਟੀ ਦਾ, ਉਹ ਤਕਰੀਬਨ ਫੁੱਟ ਦਾ ਲੰਮਾ ਹੁੰਦਾ ਸੀ ਅਤੇ ਅੱਧਾ ਕੁ ਫੁੱਟ ਚੌੜਾ ਹੁੰਦਾ ਸੀ। ਉਹਦੇ ਵਿੱਚ ਪਾਣੀ ਬੈਠਦਾ ਸੀ, ਉਹਨੂੰ ਟਿੰਡ ਵੀ ਸੱਦੇ ਸਨ, ਲੋਟਾ ਵੀ ਸੱਦ ਲੈਂਦੇ ਸਨ। ਆਮ ਗੱਲ ਬਣੀ ਵੀ ਟਿੰਡ ਜਾਂ ਪਾਂਡਾ ਨਹੀਂ ਜੀ ਰੇੜੇ ਨਾ, ਤਾਂ ਉਹ ਰੇੜ ਜਾਂਦਾ ਸੀ, ਖਲੋਂਦਾ ਨਹੀਂ ਸੀ, ਪਾਣੀ ਬੈਠਦਾ ਸੀ ਉਹਦੇ 'ਚ। ਉਹ ਕੋਲ ਪਿਆ ਆ, ਉਹਨੇ ਹਾਲਾਂ ਵੀ ਆ ਬੱਕਰੀ ਖਲੀ ਏ, ਇਹ ਪਲੰਘ ਪਿਆ ਆ, ਆਹ ਕੋਲ ਪਾਂਡਾ ਵੀ ਪਿਆ ਆ, ਇਹਨੂੰ ਆਪਾਂ ਚੋਣੇ ਹਾਂ, ਇੱਥੇ ਪੀਂਦੇ ਹਾਂ ਜਾਂ ਪਲੰਘ ਦੇ ਉੱਤੇ ਸੌਂਦੇ ਹਾਂ, ਇੱਥੇ ਤਾਂ ਗੁਜ਼ਾਰਾ ਕਰਨੇ ਚਾਰ ਦਿਨ, ਅਤੇ ਫਿਰ ਆਰਾਮ ਵੇਖੀ ਜਾਏਗੀ ਜੀ ਕਿਤੇ ਜਾਣਾ ਹੋਇਆ ਤਾਂ। ਚਲੋ ਬਾਈ ਠੀਕ ਹੈ। ਲਓ ਸੱਜਣੋ, ਉਹਨਾਂ ਬੱਕਰੀ ਦੀ ਪਰਵਰਿਸ਼ ਕੀਤੀ, ਛੱਡ ਕੇ ਲੈ ਗਏ, ਚਰਾ ਚਰੂ ਕੇ ਲਿਆਏ। ਸ਼ਾਮ ਕੁ ਵੇਲੇ ਜਨਾਬ ਅਲੀ ਉਹਨਾਂ ਬੱਕਰੀ ਚੋਈ, ਬੱਕਰੀ ਨੇ 7 ਲੋਟੇ ਦੁੱਧ ਦਿੱਤਾ ਜੀ, 7 ਲੋਟੇ, ਇੰਨਾ ਦੁੱਧ ਦਿੱਤਾ ਕਿ 7 ਲੋਟੇ ਚੋਇਆ ਉਹਨਾਂ, ਇੱਕ ਇੱਕ ਲੋਟਾ ਦੁੱਧ ਉਹਨਾਂ ਪੀਤਾ। ਰੱਜ ਗਏ, ਰਾਜੀ ਹੋਏ, ਬਈ ਆਹ ਮੌਜ ਬਣ ਗਈ, ਹੋਰ ਆਪਾਂ ਨੂੰ ਕੀ ਚਾਹੀਦਾ ਬਾਈ। ਲਓ ਸੱਜਣੋ, ਜਲੇ ਉਸ ਪਲੰਘ ਦੇ ਉੱਤੇ ਸੌਣ ਲੱਗੇ ਅਤੇ 6 ਮੁੰਡੇ ਪੂਰੇ ਹੋਣ ਤਾਂ ਸਤਵਾਂ ਪੂਰਾ ਨਾ ਆਵੇ। ਉਹ ਜਿਹੜਾ ਸਤਵਾਂ ਸੀ ਨਾ, ਉਹਨੇ ਆਖਿਆ ਕੋਈ ਡਰ ਨਹੀਂ, ਮੈਂ ਥੱਲੇ ਪੈ ਰਹੀ ਨਾ ਯਾਰ, ਕੀ ਫਰਕ ਪੈਂਦਾ। ਉਹ ਜਿਹੜਾ ਬਾਦਸ਼ਾਹ ਦਾ ਲੜਕਾ ਸੀ, ਉਹਨੇ ਆਖਿਆ ਨਹੀਂ, ਤੁਸੀਂ ਮੈਨੂੰ ਅਫਜ਼ਲ ਜੇ, ਤੁਹਾਨੂੰ ਮੈਂ ਥੱਲੇ ਕਿਉਂ ਸਵਾਵਾਂ, ਤੁਸੀਂ ਪਲੰਘ 'ਤੇ ਸਵੋ ਅਤੇ ਮੈਂ ਥੱਲੇ ਸਵਾਂਗਾ। ਦੂਜੇ ਜਿਹੜੇ ਸਨ ਉਹਨਾਂ ਆਖਿਆ ਨਹੀਂ ਯਾਰ, ਇਹ ਗੱਲ ਕਰਨ ਵਾਲੀ, ਤੂੰ ਬਾਦਸ਼ਾਹ ਹੋ ਕੇ ਤਾਂ ਪੂਏ ਤਾਂ ਸਮੇਂ, ਇਹ ਨਹੀਂ ਹੋ ਸਕਦੀ ਤੂੰ ਪਲੰਘ 'ਤੇ ਸੌ, ਸਾਢੇ 'ਚੋਂ ਇੱਕ ਥੱਲੇ ਸਵਾਂ ਨਾ। ਸਜਣੋ ਇੱਕ ਥੱਲੇ ਸੌਂ ਰਿਹਾ, ਸੌਂ ਗਏ। ਜੇ ਲੱਦੀ ਗੁਰਾਤ ਦਾ ਟਾਈਮ ਹੋਇਆ ਤਾਂ ਬੱਕਰੀ ਬਣੀ ਬਲਾਂ, ਥੱਲੇ ਵਾਲੇ ਨੂੰ ਚੁੱਕਿਆ, ਦੂਰ ਲੈ ਗਈ ਤਲੀ ਜਾ ਕੇ ਪੰਨ ਮਰੋੜ ਕੇ ਆਪਦਾ ਰਗੜ ਗਈ, ਆ ਗਈ ਤਾਂ ਬੱਕਰੀ ਬਣ ਕੇ ਉੱਥੇ ਖਲੋ ਗਈ। ਜਿਹੜੇ ਸਵੇਰੇ ਉੱਠੇ ਉਹਨਾਂ ਵੇਖਿਆ, ਉਹਨਾਂ ਹੈ ਕਿੱਧਰ ਨੂੰ ਗਿਆ ਮੁੰਡਾ ਨਾਲ ਸਤਵਾਂ, ਯਾਰ ਨਸ ਹੀ ਗਿਆ, ਜੇ ਇੰਨੇ ਜੋਗਾ ਹੀ ਸੀ ਤਾਂ ਆਉਂਦਾ ਹੀ ਨਾ, ਉਹ ਇੱਥੋਂ ਹੀ ਨਸ ਗਿਆ, ਉਹਨੂੰ ਪੂੰਹਦੇ 'ਚ ਸੁਆਇਆ ਸੀ। ਲੈ ਬਾਈ ਸਾਰਾ ਦਿਨ ਉਹਨਾਂ ਬੱਕਰੀ ਨੂੰ ਚਰਾਇਆ, ਫਿਰ ਜਿਹੜੇ ਸ਼ਾਮ ਨੂੰ ਚੋਈ, ਉਹਨੇ 6 ਲੋਟੇ ਦੁੱਧ ਦਿੱਤਾ ਅਤੇ ਪਲੰਘ 'ਤੇ ਬੰਦੇ 5 ਪੂਰੇ ਹੋਣ ਤਾਂ 6ਵਾਂ ਪੂਰਾ ਨਾ ਆਵੇ, ਸੌੜਾ ਹੋ ਗਿਆ। ਉਹ 6ਵਾਂ ਜਿਹੜਾ ਸੀ ਉਹਨੇ ਆਖਿਆ ਵੀ ਚੱਲ ਮੈਂ ਪੂਏ ਤਾਂ ਸੌ ਰਹਿੰਦਾ, ਯਾਰ ਉਹ ਛੱਡ ਗਿਆ ਸੀ, ਮੈਂ ਤਾਂ ਨਹੀਂ ਹੁੰਦਾ ਰੰਗਾ ਹੈਗਾ, ਸਾਰੇ ਇੱਕੋ ਜਿਹਾ ਹੀ ਨੇ। ਇੱਕ ਥੱਲੇ ਪੈ ਰਿਹਾ, 5 ਉਹਦੇ ਉੱਤੇ ਪੈ ਰਿਹਾ। ਉਹ ਜਿਹੜੇ ਉਹਦਾ ਟਾਈਮ ਹੋਇਆ, ਉਹੀਓ
ਅੱਧੀ ਕੁਰਾਤ ਦਾ ਟਾਈਮ ਹੋਇਆ ਤਾਂ ਬੱਕਰੀ ਬਣੀ ਬਲਾਂ 'ਤੇ ਚੁੱਕ ਕੇ ਉਹਨੂੰ ਲੈ ਗਈ, ਦੂਰ ਜਾ ਕੇ ਤਾਂ ਉਹਨੂੰ ਖਾ ਪੀ ਗਏ। ਸਜਣੋ ਆਣ ਕੇ ਉੱਥੇ ਬੱਕਰੀ ਬਣ ਕੇ ਖੋ ਰਹੀ, ਗੱਲ ਬੜੀ ਟਹਿਕੇ ਵਾਲੀ ਤਾਂ ਬਿਹਤਰੀਨ ਜੇ ਸੁਣਦੇ ਰਿਹਾ ਜੇ। ਜਦੋਂ ਦਿਨ ਚੜਿਆ ਤਾਂ ਉਹਨਾਂ ਵੇਖੋ ਨਾ ਲੱਭੀ, ਉਹ ਵੀ ਬੇਲੀ ਨੱਸ ਗਿਆ। ਯਾਰ ਇਸ ਤਰੀਕੇ ਕਰਕੇ ਨੱਸ ਜਾਣਾ ਸੀ ਤਾਂ ਆਉਂਦੀ ਨਾ, ਉਹਨਾਂ ਨੂੰ ਬਿਜਲੀ ਗੱਲ ਦਾ ਪਤਾ ਨਹੀਂ ਸੀ ਵੀ ਅਸਲ ਬਣਦਾ ਕੀ ਪਿਆ। ਖੈਰ ਚਲੋ ਪੰਜ ਜਣੇ ਹੈਗੇ ਆ ਬਾਈ, ਉਹ ਸਾਰਾ ਦਿਨ ਬੱਕਰੀ ਨੂੰ ਚਰਾਇਆ, ਸ਼ਾਮ ਨੂੰ ਜਿਹੜਾ ਚੋਣ ਲੱਗੇ ਲੋਟੇ ਉਹਨੇ ਪੰਜ ਦੁੱਧ ਦਿੱਤਾ ਅਤੇ ਪਲੰਗ ਦੇ ਉੱਤੇ ਚਾਰ ਪੂਰੇ, ਹੁਣ ਪੰਜਵਾਂ ਪੂਰਾ ਨਾ ਆਵੇ। ਉਹਨੂੰ ਨਾ ਖਲਾ ਵੀ ਚਲੋ ਚਾਰ ਜਣੇ ਸੋਨੇ ਤੱਕ ਥੱਲੇ ਪੈ ਰਹੇ ਨੇ, ਚੱਲ ਯਾਰ ਮੈਂ ਤਾਂ ਨਹੀਂ ਜਾਂਦਾ, ਉਹ ਇਵੇਂ ਕਰਕੇ ਉਹ ਵੀ ਥੱਲੇ ਪੈ ਰਿਹਾ। ਬਾਦਸ਼ਾਹ ਦਾ ਮੁੰਡਾ ਜਿਹੜਾ ਸੀ ਉਹ ਆਖੇ ਮੈਂ ਪੈਣਾ ਥੱਲੇ ਯਾਰ, ਤੁਸੀਂ ਸਾਰੇ ਜਾਂਦੇ ਪਏ ਨੱਸ ਨੱਸ ਕੇ। ਉਹਨਾਂ ਕਹਿੰਦਾ ਨਹੀਂ ਯਾਰ, ਗੱਲ ਕਰਨ ਵਾਲੇ ਸਾਰੇ ਇੱਕੋ ਜਿਹਾ ਹੀ ਹੋ ਗਏ ਨੇ। ਉਹ ਪੰਜਵੇਂ ਆਖੇ ਮੈਂ ਥੱਲੇ ਪੈਣਾ ਤਾਂ ਤੁਸੀਂ ਸੌਂ ਰਹੋ। ਅੱਧੀ ਰਾਤ ਦਾ ਟਾਈਮ ਹੋਇਆ, ਬੱਕਰੀ ਸਜਣੋ ਬਣੀ ਬਲਾਂ, ਉਹਨੂੰ ਚੁੱਕ ਲੈ ਗਈ, ਖਾ ਗਈ, ਆਣ ਕੇ ਤਾਂ ਬੱਕਰੀ ਬਣ ਕੇ ਖੋ ਰਹੀ। ਇਵੇਂ ਕਰਦਿਆਂ ਕਰਦਿਆਂ ਉਹਨੇ ਛੇ ਮੁੰਡੇ ਜਿਹੜੇ ਸਨ ਉਹ ਬਿਲੇ ਲਾਏ, ਪਲੰਗ ਵੀ ਸੌੜਾ ਹੁੰਦਾ ਜਾਏ ਅਤੇ ਲੋਟਾ ਦੁੱਧ ਦਾ ਵੀ ਕੱਟਦਾ ਜਾਏ। ਇਹਦੇ ਪਾਸੇ ਉਹਨਾਂ ਦਾ ਖਿਆਲ ਹੀ ਨਾ ਹੋਵੇ ਬਈ ਲੋਟਾ ਦੁੱਧ ਦਾ ਵੀ ਤਾਂ ਰੋਜ਼ ਦਾ ਕੱਟ ਜਾਂਦਾ ਹੈ ਅਤੇ ਪਲੰਗ ਵੀ ਸੌੜਾ ਹੋ ਗਿਆ, ਇਹ ਅਸਲ ਵਜ੍ਹਾ ਕੀ ਹੈ। ਇਸ ਪਾਸੇ ਤਾਂ ਖਿਆਲ ਆਉਂਦਾ ਨਹੀਂ ਸੀ, ਤਾਂ ਖਿਆਲ ਉਹਨਾਂ ਦਾ ਇਹੋ ਹੀ ਰਹੇ ਵੀ ਯਾਰ ਉਹ ਜਿਹੜੇ ਛੱਡ ਕੇ ਚਲੇ ਹੀ ਗਏ ਨੇ ਤੋ ਨਾ ਹੀ ਆਉਂਦੇ। ਸਜਣੋ ਇਕੱਲਾ ਬਾਦਸ਼ਾਹ ਦਾ ਮੁੰਡਾ ਰਹਿ ਗਿਆ। ਹੁਣ ਉਹਨੇ ਜਦੋਂ ਬੱਕਰੀ ਚੋਈ ਸ਼ਾਮ ਨੂੰ ਤਾਂ ਲੋਟਾ ਇੱਕੋ ਹੀ ਉਹਨੇ ਦਿੱਤਾ ਦੁੱਧ ਦਾ, ਉਹ ਉਹਨੇ ਪੀ ਲਿਆ ਅਤੇ ਪਲੰਗ ਉੱਤੇ ਜਦ ਪੈਣ ਲੱਗਾ ਤਾਂ ਕਦੇ ਹੀਂ ਵੱਜੇ, ਕਦੇ ਸਿਰੂ ਵੱਜੇ, ਕਦੇ ਪਾਵਾ ਵੱਜੇ, ਪਿਆ ਨਾ ਜਾਏ, ਆਹਦਾ ਪਲੰਗ ਵੱਜਦਾ ਹੈ, ਥੱਲੇ ਪੈ ਰਹਿੰਦਾ ਅਤੇ ਦਿਲ ਦੇ ਵਿੱਚ ਗਮ ਬੜਾ ਵੀ ਸਾਰੇ ਸੱਜਣ ਬੇਲੀ ਦੋਸਤ ਜਿਹੜੇ ਸਨ ਭਰਾ ਬਣੇ ਹੋਏ ਛੱਡ ਗਏ ਅਤੇ ਇਕੱਲਾ ਹੀ ਰਹਿ ਗਿਆ। ਨਿੰਦਰ ਨਾ ਆਈ, ਅੱਧੀ ਕੁਰਾਤ ਦਾ ਟਾਈਮ ਹੋਇਆ, ਬੱਕਰੀ ਬਣੀ ਬਲਾਂ, ਲੱਗੀ ਚੁੱਕਣ, ਉਹਨਾਂ ਨੂੰ ਚੁੱਕਦੀ ਥੱਲੋਂ ਸੀ, ਉੱਤੋਂ ਪਲੰਗ ਤੋਂ ਚਾਹੁੰਦੀ ਨਹੀਂ ਸੀ, ਉਹ ਪਲੰਗ ਤੋਂ ਨਹੀਂ ਚੁੱਕਦੀ ਸੀ, ਥੱਲੋਂ ਚਾਹੁੰਦੀ ਸੀ। ਜਿਹੜਾ ਲੱਗੀ ਚੁੱਕਣ ਉਹਦੀ ਕਦੇ ਆਖੂ ਕੁੜੀ ਤਾਂ ਨਾ ਤੇਰਾ ਬਲਾ ਹੋ ਜਾਵੇ ਤਾਂ ਬਲਾਂ ਹੈ ਮਾਰਿਆ ਮੁੱਕ ਉਹਨੇ ਨਾਸਾਂ ਉੱਤੇ ਪਿਛਾੜ ਕੇ ਤਾਂ ਬੱਕਰੀ ਬਣ ਕੇ ਉੱਥੇ ਖੋ ਗਈ। ਇਹਨੂੰ ਪਤਾ ਲੱਗ ਗਿਆ, ਉਹ ਲਿਆਉਂਦੇ ਕੰਨਾਂ ਦੀਆਂ ਖਿੜਕੀਆਂ ਦਿਲ ਦੀਆਂ ਖੁੱਲੀਆਂ, ਆਖੋ ਇਹ ਬਲਾਂ, ਇਹ ਤਾਂ ਬੱਕਰੀ ਹੈ ਹੀ ਨਹੀਂ, ਇਹ ਤਾਂ ਕਯਾਫਤ ਹੈ, ਇਹ ਮੇਰੇ ਨਾਲ ਦੇ ਸਾਥੀ ਛੇ ਤਾਂ ਇਹ ਖਾ ਗਈ ਅਤੇ ਛੱਡਦੀ ਹੈ ਮੈਨੂੰ ਵੀ ਨਹੀਂ, ਖਾ ਜਾਏਗੀ। ਇਹੀ ਉਹਦੇ ਦਿਲ ਦੇ ਵਿੱਚ ਖਿਆਲ ਹੁਣ ਨਿੰਦਰ ਕਿੱਥੋਂ ਆਵੇ, ਬਲਾਂ ਨੇ ਸਜਣੋ ਚੁੱਕਣਾ ਉਹ ਲਿਆ ਸੀ ਜੇ ਸੌਂ ਜਾਵੇ ਸੁੱਤਾ ਨਾ। ਖੈਰ ਬਲਾਂ ਸੋਚਿਆ ਵੀ ਅੱਜ ਨਹੀਂ ਸੁੱਤਾ, ਕੱਲ੍ਹ ਤਾਂ ਸੌਂ ਹੀ ਜਾਣਾ, ਸੁਣੋ ਕਿੰਨਾ ਕੁ ਚਿਹਰੇ ਉਨਿੰਦਰਾ ਜਾਗੇਗਾ, ਚੱਲੇਗਾ ਉਨਿੰਦਰਾ। ਲੈ ਵੀ ਬੱਕਰੀ ਨੂੰ ਨਾ ਕਹਾ ਬੱਕਰੀਏ ਚੱਲ ਮੁੜ ਮੈਂ ਤੇਰੇ ਜੋਗੀ ਕਦੋਂ ਕੋਈ ਕਾਹ ਬੂਟ ਤੈਨੂੰ ਲਿਆ ਕੇ ਖਵਾਵਾਂ। ਬੱਕਰੀ ਨੂੰ ਛੱਡ ਦਿੱਤਾ, ਉਹ ਉਹਦੀ ਚੜ੍ਹਦੀ ਚੜ੍ਹਦੀ ਦਰੇਡੀ ਨਿਕਲ ਗਈ, ਇੱਕ ਦਰਖਤ ਦੇ ਉੱਤੇ ਚੜਿਆ ਵੀ ਮੈਂ ਇੱਥੋਂ ਉੱਤੋਂ ਟਾਹਣੀਆਂ ਲਾਉਣਾ ਤੇਰੇ ਖਾਣ ਵਾਸਤੇ। ਉੱਤੇ ਗਾਲੜ ਸੀ ਖੜਾ ਬੈਠਾ, ਉਹ ਵੀ ਬੋਲਿਆ, ਉਹਨੇ ਕਿਹਾ ਸੱਜਣਾ ਇਹ ਬਲਾਂ ਆਫਤ, ਇਹ ਬੱਕਰੀ ਨਹੀਂ,
ਤੇਰੇ ਨਾਲ ਦੇ 6 ਜਣੇ ਖਾ ਗਈ ਹੈ ਅਤੇ ਤੈਨੂੰ ਵੀ ਇਹਨੇ ਨਹੀਂ ਛੱਡਣਾ, ਅੱਬਲ ਤਾਂ ਅੱਜ ਰਾਤ ਨੂੰ ਖਾ ਜਾਏਗੀ, ਨਹੀਂ ਤਾਂ ਕੱਲ੍ਹ ਨੂੰ ਤੈਨੂੰ ਛੱਡਦੀ ਨਹੀਂ ਹੈ। ਮੈਂ ਕਿਹਾ ਹੁਣ ਫਿਰ, ਉਹਨੇ ਕਿਹਾ ਮੈਂ ਤੈਨੂੰ ਇੱਕ ਤਰਕੀਬ ਦੱਸਣਾ, ਇਵੇਂ ਕਰ ਬਿਆ ਸਿਰ ਦਾ ਪਰਨਾ ਲਾ ਕੇ ਨਾ ਇਹਨੇ ਟਾਹਣੀਆਂ ਦੇ ਉੱਤੇ ਲਟਕਾ ਚਾ, ਬੱਕਰੀ ਦੂਰ ਨਿਕਲ ਗਈ ਹੈ, ਇੱਕ ਕੰਨੀ ਜਿਹੜੀ ਮੇਰੀ ਮੂੰਹ ਵਿੱਚ ਪਾਤ, ਮੈਂ ਇਹਨੂੰ ਮਾੜਾ ਮਾੜਾ ਲਾਉਂਦਾ ਰਹਿੰਦਾ, ਉਹਨੂੰ ਮਲੂਮ ਹੋਵੇਗਾ ਵੀ ਜਿਵੇਂ ਉੱਤੇ ਖਲਾ ਜਾਏ, ਅਤੇ ਮਾਨਤੀ ਜੀ ਨਿਕਲ ਜਾ, ਅਤੇ ਜੇ ਤੇਰੀ ਵਧੀ ਤਾਂ ਬਚਣਾ ਹੀ, ਵਰਨਾ ਜਿਹਨੂੰ ਪਤਾ ਚੱਲ ਗਈ ਤਾਂ ਤੈਨੂੰ ਛੱਡਣ ਨਹੀਂ ਲੱਗੀ ਹੈ। ਇਸ ਦੂਧ ਦੇ ਵਿੱਚੋਂ ਤੈਨੂੰ ਇਹਨੇ ਨਹੀਂ ਫੜਨਾ, ਜਿਹੜੇ ਬਾਹਰ ਨਿਕਲੋ ਨਾ ਉਹ ਤੈਨੂੰ ਚੁੱਕ ਲੈ ਜੀ। ਅੱਛਾ ਆ ਲਓ ਜੀ, ਹੁਣ ਉਹਨੂੰ ਇਵੇਂ ਕੀਤਾ, ਪਰਨਾ ਉੱਤੇ ਖਲਾੜ ਤਾਂ ਟਾਹਣੀਆਂ ਦੇ, ਦੂਰ ਬੱਕਰੀ ਨਿਕਲ ਗਈ, ਉਹ ਅੱਧ ਉਹਦੇ ਤਿਆਣੇ ਲੱਗੀ ਰਹੀ, ਉਹ ਅੱਧ ਲੈ ਕੇ ਨਿਕਲ ਗਿਆ। ਆਣ ਭੱਜਿਆ ਇੱਕ ਨਿਗਾ ਪਿਛਾਂ, ਇੱਕ ਅਗਾਂਹ, ਪੈਦਾਂ ਪੈਦਾਂ ਵਾਹ ਵਾਹ ਪੰਧ ਕਰ ਗਿਆ, ਜੇ ਬੱਕਰੀ ਨੂੰ ਪਤਾ ਲੱਗਾ ਬਈ ਜੇ ਥੱਲੇ ਨਹੀਂ ਲੱਥਾ, ਜੇ ਹਲੇ ਆਈ ਤਾਂ ਵੇਖਿਆ ਤਾਂ ਉੱਥੇ ਕੁਛ ਵੀ ਨਾ, ਬੱਕਰੀ ਬਲਾਮ ਬਣ ਕੇ ਤਾਂ ਲੱਗ ਮਗਰ ਗਈ ਹੁੰਦੇ। ਜੇ ਲੈ ਉਹਨੇ ਨਿਗਾ ਪਿਛਾਂ ਪਈ ਆਈ, ਉਸ ਟਾਈਮ ਉਹਦੀ ਹੱਦ ਦੇ ਵਿੱਚੋਂ ਬਾਹਰ ਨਿਕਲ ਗਿਆ। ਸੈਨੋ ਜਿਹਨੂੰ ਰੱਬ ਨਾ ਮਾਰੇ ਉਹਨੂੰ ਕੋਈ ਮਾਰ ਤਾਂ ਸਕਦਾ ਹੀ ਨਹੀਂ। ਪਿੱਪਲ ਵੇਖਿਆ ਕਿ ਵੱਡਾ ਹਰਾ ਉਹਦੇ ਉੱਤੇ ਚੜ ਗਿਆ, ਜਿਹੜੇ ਉੱਤੇ ਚੜ ਗਿਆ ਉਹ ਬਲਾਂ ਜਿਹੜੀ ਸੀ ਨਾ ਥੱਲੇ ਮੁੱਢ ਦੇ ਨਾਲ ਆ ਕੇ ਬੜੀ ਸੋਹਣੀ ਖੂਬਸੂਰਤ ਲੜਕੀ ਬਣ ਕੇ ਬਹਿ ਗਈ ਬੈਠੀ। ਜੇ ਇੱਕ ਬਾਦਸ਼ਾਹ ਕਿਸੇ ਹੋਰ ਸ਼ਹਿਰ ਦਾ ਸ਼ਿਕਾਰ ਨੂੰ ਚੜਿਆ ਆਇਆ ਘੋੜੇ ਉੱਤੇ, ਉਸ ਪਾਸੇ ਆ ਗਿਆ, ਜਿਹੜੇ ਵੇਖਿਆ ਉਹਨੇ ਕਿਹਾ ਲੜਕੀ ਬੈਠੀ, ਜ਼ੇਵਰ ਪਾਇਆ ਆ ਇਹਨੇ, ਬੜੀ ਖੂਬਸੂਰਤ ਹੈ ਇਕੱਲੀ। ਪੁੱਛਿਆ ਕੌਣ ਹੈ ਤੂੰ? ਆਖਿਆ ਮੈਂ ਔਰਤ ਹਾਂ, ਉਹ ਮੇਰਾ ਮਾਲਕ ਹੈ, ਮੈਨੂੰ ਵਿਆਹ ਕੇ ਲਿਆਇਆ ਹੈ, ਇੱਥੇ ਆ ਕੇ ਧੋਖਾ ਭਰ ਦਿੰਦਾ ਹੈ, ਮੈਨੂੰ ਨਾਲ ਨਹੀਂ ਲਿਜਾਂਦਾ, ਅਤੇ ਮੈਂ ਹੁਣ ਕੀ ਕਿਹੜੇ ਪਾਸੇ ਅੱਗੋਂ ਜੋਗੀ ਨਾ ਰਹਿ ਗਈ ਨਾ ਪਿੱਛੋਂ ਜੋਗੀ। ਉਹਨੇ ਕਿਹਾ ਜਵਾਨਾ ਲੈ ਹੱਥ ਲੈ, ਬੜਿਆ ਐਵੇਂ ਨਹੀਂ ਕਰੀ ਦੀ, ਕਿਉਂ ਧੋਖਾ ਦੇਣਾ ਗਰੀਬਣੀ ਨੂੰ? ਉਹਨੇ ਕਿਹਾ ਨਾ ਮੇਰੀ ਜਨਾਨੀ ਅਤੇ ਨਾ ਮੈਂ ਇਹਦਾ ਬੰਦਾ, ਤੂੰ ਲੈ ਜਾ ਜੇ ਤੈਨੂੰ ਚੰਗੀ ਲੱਗਦੀ ਤਾਂ, ਮੇਰੇ ਮੈਂ ਐਵੇਂ ਵੀ ਚੰਗਾ। ਬਾਦਸ਼ਾਹ ਨਾ ਕਿਹਾ ਠੀਕ ਹੈ ਇਵੇਂ ਗੱਲ ਹੈ ਆ, ਹੁਣ ਉਹਦੇ ਤਾਂ ਹੁਸਨ ਬੜਾ ਸੀ, ਬਾਦਸ਼ਾਹ ਦਾ ਵੀ ਦਿਲ ਫਿਰ ਗਿਆ। ਉਹਨੇ ਕਿਹਾ ਫਿਰ ਮੈਂ ਤੈਨੂੰ ਲੈ ਚੱਲਾਂ। ਉਹਨੇ ਕਿਹਾ ਵੀ ਚਲੋ। ਬੱਕਰੀ ਸੋਚਿਆ ਉਹਨੇ, ਜਿਹੜੀ ਬਲਾਂ ਬਣੀ ਸੀ ਜਨਾਨੀ ਲੜਕੀ, ਉਹਨੇ ਸੋਚਿਆ ਵੀ ਇਹ ਤਾਂ ਮੁੰਡਾ ਇੱਕੇ ਦਿਨ ਅੱਜ ਖਾ ਲਾਂ, ਕਿਤੇ ਬਾਦਸ਼ਾਹ ਲੈ ਜਾਏਗਾ ਤਾਂ ਉੱਥੇ ਮੈਨੂੰ ਬੜਾ ਮਾਲ ਚੱਲੇਗਾ। ਲਓ ਜੀ ਉਹਨੇ ਘੋੜੇ 'ਤੇ ਮਗਰ ਬਾ ਲਈ, ਉਹ ਲੈ ਗਿਆ, ਉਹ ਲੜਕਾ ਉੱਤੋਂ ਲੱਥਾ ਥੱਲੇ, ਜਾਣੇ ਅੱਲਾ ਵੀ ਉਹ ਫਿਰ ਲੜਕਾ ਕਿਹੜੇ ਦਾਣੂ ਚਲਾ ਗਿਆ, ਉਹਦਾ ਫਿਰ ਪਤਾ ਨਹੀਂ ਲੱਗਿਆ ਬਈ ਉਹ ਕਿਹੜੇ ਦਾਣੂ ਗਿਆ ਹੈ। ਲਓ ਜੀ ਉਹ ਬਾਦਸ਼ਾਹ ਜਿਹੜਾ ਸੀ ਉਹਨੂੰ ਲੈ ਗਿਆ ਜਲੇ, ਨਾਲ ਉਹਦੀਆਂ 6 ਰਾਣੀਆਂ ਅੱਗੇ ਅਤੇ 7ਵੀਂ, ਉਹ ਉਹਦੇ ਨਾਲ ਵੀ ਜਾ ਕੇ ਉਹਨੇ ਨਿਕਾਹ ਕਰ ਲਿਆ। ਰਾਤ ਸੁੱਤੀ ਬੰਦੀ ਉਹ ਬਣੇ ਬਲਾਂ ਲੱਗੀ ਜਾਵੇ, ਉਹਦੇ ਤਬੇਲੇ ਦੇ ਘੋੜਿਆਂ ਵਾਲਾ ਤਬੇਲਾ ਸੀ, ਅਸਤਬਾਲਾ ਸੱਦੇ ਨੇ ਉਹਨੂੰ ਅੰਗਰੇਜ਼ੀ ਵਿੱਚ ਉਰਦੂ ਵਿੱਚ, ਉਹਦੇ ਵਿੱਚ ਘੋੜਾ ਚੁੱਕੇ ਦੂਰ ਲੈ ਜਾਵੇ ਅਤੇ ਖਾ ਪੀ ਕੇ ਆ ਕੇ ਅਤੇ ਪੈ ਰਵੇ, ਰੋਜ਼ ਦਾ ਇਹ ਕੰਮ ਹੁੰਦਾ। ਘੋੜੇ ਕੱਟਦੇ ਗਏ, ਪਰਵਾਂ ਹਾਲ ਦਵਾਈ ਕੀਤੀ, ਉਹਨਾਂ ਕਹੋ ਸਾਨੂੰ ਪਤਾ ਨਹੀਂ ਲੱਗਦਾ ਜਾਂਦਾ ਕਿੱਧਰ ਹੈ,
ਘੋੜੇ ਮੁੱਕ ਗਏ ਨੇ ਸਾਰੇ। ਨਹਿਤ ਬਾਦਸ਼ਾਹ ਨੇ ਆਖਿਆ ਜਿਹੜਾ ਬੰਦਾ ਮੈਨੂੰ ਚੋਰ ਫੜਕ ਦੇਗਾ ਮੈਂ ਬੜਾ ਇਨਾਮ ਦਿਆਂਗਾ। ਹੁਣ ਉਹ ਜਿਹੜੀ ਸੀ ਉਹਦੀ ਜਨਾਨੀ ਬਣੀ ਹੋਈ ਬਲਾਂ, ਉਹਨੇ ਆਖਿਆ ਜੇ ਹੁਕਮ ਦੇਵੇ ਤਾਂ ਤੈਨੂੰ ਚੋਰ ਮੈਂ ਫੜ ਦਿਆਂ। ਉਹਨੇ ਕਿਹਾ ਫੜ ਦਿਆਂ। ਰਾਤ ਜਨਾਬ ਵਾਲੀ ਉਹਨੇ ਕਿਤੋਂ ਕੋਈ ਹੋਰ ਲਿਆਂਦਾ ਜਾਨਵਰ ਚਾ ਕੇ, ਨਾਲੇ ਆਪ ਖਾਧਾ ਅਤੇ ਨਾਲੇ ਗੋਸ਼ਤ ਬਣਾ ਕੇ ਕੋਈ ਪਾਈਆ ਪਾਈਆ ਅੱਧਾ ਅੱਧਾ ਕਿਲੋ, ਅਤੇ ਉਹਦੀਆਂ ਚਾਰ ਰਾਣੀਆਂ ਦੇ ਸਿਰਾਣੇ ਦੇ ਨਾ ਥੱਲੇ ਰੱਖ ਦਿੱਤਾ। ਕੋਲ ਇੱਕ ਛੁਰੀ ਰੱਖ ਦਿੱਤੀ ਜਨਾਬ ਵਾਲੀ ਮੂੰਹ ਨੂੰ ਰੱਤ ਲਾ ਦਿੱਤੀ। ਬਾਦਸ਼ਾਹ ਨੂੰ ਆਖਿਆ ਲੈ ਆਪ ਆ ਚੋਰ ਫੱਦੇ ਪੈਣੀ ਆ ਜਾ, ਇਹ ਜਿਹੜੀਆਂ ਤੇਰੀਆਂ ਬੇਗਮਾਂ ਨੇ ਇਹ ਤਾਂ ਬਲਾਂ ਹੀ ਨੇ, ਆਫਤਾਂ ਨੇ, ਇਹ ਖਾਂਦੀਆਂ ਨੇ ਯਾਰ ਬਲਾਂ, ਤੈਨੂੰ ਪਤਾ ਹੀ ਕੋਈ ਨਹੀਂ ਇਸ ਚੀਜ਼ ਦਾ, ਬਈ ਹੋਵੇ ਨਾ ਤਾਂ ਇਹਨਾਂ ਨੂੰ ਬੇਲਵਾਵਾਂ। ਉਹ ਬਾਦਸ਼ਾਹ ਜਿਹੜਾ ਸੀ ਆਮਕ ਬਾਦਸ਼ਾਹ ਉਹਦੀ ਗੱਲ ਦੇ ਮਗਰ ਲੱਗ ਗਿਆ। ਉਹਨੇ ਆਖਿਆ ਇਹਨਾਂ ਨੂੰ ਨਾ ਲੈ ਜਾਓ ਕਿਸੇ ਡੱਲ ਲਈ ਜਾ ਕੇ ਨਾ ਇਹਨਾਂ ਦੀ ਅੱਖੀ ਕੱਢ ਕੇ ਨਾ ਅੰਨੀਆਂ ਕਰਕੇ ਡੱਲ ਸੱਟ ਦਿਓ। ਹੁਣ ਜਿਹੜੇ ਜਲਾਦ ਸਨ ਉਹਨਾਂ ਹੁਕਮ ਤਾਂ ਮੰਨਣਾ ਸੀ, ਉਹ ਲੈ ਗਏ ਕਿਸੇ ਪੁਰਾਣੀ ਡੱਲ ਜੀ ਉਹਦੇ ਵਿੱਚ ਸੱਟ ਆਏ ਅੱਖੀ ਕੱਢ ਕੇ। ਉਹਨਾਂ ਵਿੱਚੋਂ ਇੱਕ ਨੂੰ ਅੱਲਾ ਦੀ ਉਮੀਦਵਾਰੀ ਸੀ, ਉਹਨੂੰ ਮੁੰਡਾ ਜੰਮ ਪਿਆ ਡੱਲ ਦੇ ਵਿੱਚ। ਉਹ ਕੋਈ ਲੰਘਦੇ ਟੱਪਦੇ ਲੋਕ ਜਿਹੜੇ ਸਨ ਤਰਸ ਕਰਕੇ ਉੱਤੋਂ ਕੋਈ ਰੋਟੀਆਂ ਰਾਟੀਆਂ ਕੋਈ ਪਾਣੀ ਛਾਣੀ ਕੁਛ ਹੈ ਸੱਟ ਛੱਡਣ ਤੋਂ ਖਾ ਛੱਡਣ ਵਿੱਚ। ਲਓ ਜੀ ਉਹਦੀ ਉਹਨਾਂ ਪਰਵਰਿਸ਼ ਕੀਤੀ ਵਿੱਚੇ, ਜਿਹੜੇ ਮੁੰਡਾ ਵਾਹਵਾ ਹੋ ਪਿਆ ਉਡਾਰ ਹੋ ਪਿਆ ਨਾ ਤਾਂ ਡੱਲ ਦੇ ਵਿੱਚੋਂ ਨਿਕਲਣਾ ਉਹਨੇ ਸ਼ੁਰੂ ਕਰ ਦਿੱਤਾ। ਜਦੋਂ ਡੱਲ ਦੇ ਵਿੱਚੋਂ ਨਿਕਲਣਾ ਸ਼ੁਰੂ ਕੀਤਾ ਅਤੇ ਉਹ ਫਕੀਰ ਬਣ ਕੇ ਅਤੇ ਮੰਗ ਪਿੰਨ ਕੇ ਲਿਆ ਕੇ ਅਤੇ ਉੱਤੋਂ ਹੀ ਵਿੱਚ ਸੱਟੇ, ਆਖੇ ਮੇਰੀਆਂ ਮਾਵਾਂ ਨੇ ਉਹਨਾਂ ਨੂੰ ਉਹ ਸਾਂਭਦਾ ਰਿਹਾ। ਕਿਆ ਕਿੱਸਾ ਕਹਾਣੀ ਸੱਜਣੋ, ਉਸ ਬਲਾਂ ਨੂੰ ਪਤਾ ਲੱਗ ਗਿਆ ਜਿਹੜੀ ਬਾਦਸ਼ਾਹ ਦੇ ਘਰ ਸੀ ਵੀ ਇਹ ਲੜਕਾ ਤਾਂ ਉਹਨਾਂ ਦਾ, ਅਤੇ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਤਾਂ ਖਾਤਾ ਮੇਰਾ ਤਾਂ ਖਤਮ ਹੋ ਜਾਣਾ, ਹੋਵੇ ਨਾ ਤਾਂ ਇਹਨੂੰ ਵੀ ਲੈ ਲਵਾਵਾਂ ਵਿਹੜੇ ਦੇ ਬਈ ਲੇਟਦੀ ਜਾ, ਮੈਨੂੰ ਪੇਟ ਸੂ, ਮੈਨੂੰ ਪੇਟ ਸੂ, ਮੈਨੂੰ ਪੇਟ ਸੂ। ਬਾਦਸ਼ਾਹ ਨੂੰ ਪਤਾ ਲੱਗਾ ਵੀ ਕਰ ਜਾਓ ਸੱਜਣੋ। ਬਾਦਸ਼ਾਹ ਜਦ ਕਰ ਗਿਆ ਤਾਂ ਪੁੱਛਿਆ ਵੀ ਅੱਲਾ ਦੀਆਂ ਬੰਦੀਆਂ ਤੈਨੂੰ ਕੀ ਬਣਿਆ ਅੱਜ? ਉਹਨੇ ਆਖਿਆ ਗੱਲ ਸੁਣੋ, ਕਾਫੀ ਅਰਸਾ ਗੁਜ਼ਰ ਗਿਆ, ਮੇਰੇ ਪੇਕਿਆਂ ਤੋਂ ਖੈਰ ਖਬਰ ਨਹੀਂ ਆਈ। ਜਿਹੜਾ ਮੁੰਡਾ ਸਾਡੇ ਘਰ ਇੱਥੇ ਰੋਜ਼ ਮੰਗਣ ਵਾਸਤੇ ਆਉਂਦਾ, ਇਹ ਮੁੰਡਾ ਜਾਏ ਇਹੋ ਹੀ ਮੁੰਡਾ, ਅਤੇ ਮੇਰੇ ਪੇਕਿਆਂ ਤੋਂ ਖੈਰ ਖਰੀਅਤ ਦਾ ਪਤਾ ਲੈ ਕੇ ਆਵੇ ਅਤੇ ਮੇਰੀ ਖੈਰ ਖਰੀਅਤ ਉਹਨਾਂ ਨੂੰ ਦੇ ਕੇ ਆਵੇ, ਫਿਰ ਬਚਣੀ ਆ, ਨਹੀਂ ਤਾਂ ਮੈਂ ਨਹੀਂ ਬਚ ਸਕਦੀ। ਸਜਣੋ ਹੁਣ ਬਾਦਸ਼ਾਹ ਜਿਹੜੇ ਹੁੰਦੇ ਨੇ ਫਿਰ ਉਹਨਾਂ ਦਾ ਰੋਹਬ ਵੀ ਹੁੰਦਾ, ਉਹਨਾਂ ਗੱਲ ਕਰੋ ਆ ਬੁੱਤੀ ਸਾਡੀ ਕੱਢਣੀ ਕੋਈ ਨਹੀਂ ਕੱਢਣੀ। ਉਹਨਾਂ ਕਿਹਾ ਜਿਵੇਂ ਬਾਦਸ਼ਾਹ ਕੱਢਣੇ ਆ, ਮੇਰੀਆਂ 6 ਮਾਵਾਂ ਨੇ, ਮੈਨੂੰ ਕੁਛ 6 ਮਹੀਨੇ ਦਾ ਰਾਸ਼ਨ ਦੇ, ਪਕਾ ਕੇ ਉੱਤੋਂ ਸੱਟਣ ਵਾਲਾ ਬੰਦਾ ਵੀ ਦੇਵੇ ਜਿਹੜਾ ਪਕਾ ਕੇ ਉਹਨੂੰ ਉੱਤੋਂ ਸੱਟੇ ਥੱਲੇ, ਤਾਂ ਮੈਂ ਜਾਣਾ। ਉਹਨਾਂ ਕਿਹਾ ਰਾਸ਼ਨ ਵੀ ਲੈ ਲਾ ਅਤੇ ਤੈਨੂੰ ਪਕਵਾਈ ਵਾਲਾ ਬੰਦਾ ਵੀ ਦਿੰਦੇ ਹਾਂ, ਡਿਊਟੀ ਲਾਜਤ ਕਿਸੇ ਦੀ ਨਾ ਵੀ ਪਕਾ ਕੇ ਤਾਂ ਫਲਾਈ ਡੱਲ ਵੀ ਤੁਸਾਂ ਜਾਂ ਲੰਗਰ ਪਾਣੀ ਸੱਟਣਾ। ਹੁਣ ਉਹ ਜਿਹੜਾ ਲੜਕਾ ਸੀ ਉਹਨੂੰ ਰੁੱਕਾ ਲਿਖ ਕੇ ਬੁਲਾ ਦਿੰਦੀ ਹੈ ਜੀ, ਇਹ ਮੁੰਡਾ ਜਿਹੜਾ ਤੁਹਾਡੇ ਕੋਲ ਆਉਂਦਾ ਪਿਆ ਇਹਦੀ ਹੱਡੀ ਗੋਡੀ ਵੀ ਪਿਛਾ ਨਾ ਅਟਕੇ ਆਵੇ, ਇਹ ਮੇਰਾ ਦੁਸ਼ਮਣ ਹੈ। ਉਹ ਰੁੱਕਾ ਉਹਨੇ
ਜੇਬ 'ਚ ਪਾ ਲਿਆ, ਟੁਰ ਪਿਆ। ਟੁਰਦਾ ਟੁਰਦਾ ਸਰਕਾਰ ਮੇਰੀ ਜਿਹੜੇ ਵਾਹਵਾ ਪੰਧ ਗਿਆ ਤਾਂ ਕਿਸੇ ਜੰਗਲ ਨੂੰ ਜਾ ਵੜਿਆ ਅਤੇ ਇੱਕ ਵੇਖਿਆ ਤਾਂ ਫਕੀਰ ਦੀ ਕੁੱਲੀ ਆ ਗਈ। ਸੈਨੋਂ ਜਿਹੜੇ ਅੱਲਾ ਦੇ ਬੰਦੇ ਹੁੰਦੇ ਨੇ ਨਾ, ਫਕੀਰ ਜਿਨ੍ਹਾਂ ਦਾ ਦੁਨੀਆਂ ਨਾਲ ਸੀਰ ਹੀ ਕੋਈ ਨਹੀਂ ਹੁੰਦਾ, ਉਹ ਦੁਨੀਆਂ ਤੋਂ ਵੱਖਰੇ ਰਹਿੰਦੇ ਨੇ। ਉਹ ਫਕੀਰ ਸੁੱਤਾ ਪਿਆ, ਉਹਦੇ ਖੂਹੀ ਉਹਨੇ ਜਨਾਬ ਗੇੜ ਕੇ ਪਾਣੀ ਕੱਢਿਆ, ਨਾਲੇ ਪੀਤਾ, ਨਾਲੇ ਉਹਨੇ ਬੂਟਿਆਂ ਛੂਟਿਆਂ ਨੂੰ ਪਾਇਆ। ਫਕੀਰ ਉੱਠਿਆ ਨਾ, ਹਾਂ ਬੱਚੂ ਕੌਣ ਹੈ, ਕਿੱਥੋਂ ਹੈ ਤੂੰ? ਉਹਨੇ ਕਿਹਾ, ਬਾਬਾ ਜੀ ਫਲਾਣੇ ਸ਼ਹਿਰ 'ਚੋਂ ਆਇਆ, ਇਸ ਤਰ੍ਹਾਂ ਫਲਾਣੇ ਅੱਗੇ ਕੋਈ ਸ਼ਹਿਰ ਹੈਗਾ, ਉਹਦੇ ਜਾਣਾ ਹੈ, ਸੁਨਿਆ ਲੈ ਕੇ। ਉਹਨੇ ਕਿਹਾ, ਬੱਚਾ ਜਿਹਦੇ ਤੂੰ ਜਾ ਰਿਹਾ ਉਹ ਤਾਂ ਕੋ ਕਾਫ ਹੈ, ਕੋਈ ਤੇਰੇ ਕੋਲ ਰੁੱਕਾ ਰਾਕਾ ਕੁਛ ਹੈਗੀ ਹੈ? ਉਹਨੇ ਕੋਲ ਰੁੱਕਾ ਸੀ, ਉਹਨੇ ਬਾਹਰ ਕੱਢਿਆ। ਉਹਨੇ ਬਾਬਾ ਜੀ ਆਹ ਰੁੱਕਾ ਮੇਰੇ ਕੋਲ। ਜਿਹੜੇ ਬਾਬੇ ਨੇ ਰੁੱਕਾ ਪੜਿਆ, ਬਾਬੇ ਆਖਿਆ ਉਹ ਤਾਂ ਬਲਾਂ ਹੈ, ਆਫਤ ਹੈ, ਅਤੇ ਤੈਨੂੰ ਘਲਦੀ ਪਈ ਇੱਕੋ ਕਾਫ ਦੇ ਵਿੱਚ, ਅਤੇ ਇਹਦੇ ਉੱਤੇ ਲਿਖਿਆ ਹੈ ਵੀ ਇਹਦੀ ਹੱਡੀ ਗੋਡੀ ਵੀ ਪਿੱਛੇ ਨਾ ਆਵੇ। ਉਹਨੇ ਬਾਬੇ ਨੂੰ ਰੁੱਕਾ ਪਾੜ ਦਿੱਤਾ। ਜਿਹੜੇ ਪਾੜ ਦਿੱਤਾ ਤਾਂ ਆਪਦੇ ਕੋਲੋਂ ਕਾਗਜ਼ ਲੈ ਕੇ ਉੱਤੇ ਰੁੱਕਾ ਲਿਖ ਲਿਆ, ਲਿਖਿਆ ਤੁਹਾਡਾ ਸੱਕਾ ਦੋਤਰਾ, ਤੁਹਾਡਾ ਪਨੇਵਾ ਅਤੇ ਦੋਤਰਾ ਸੱਕਾ, ਖਾਕੀ ਬੰਦੇ ਦਾ ਤੁਹਾਡੀ ਧੀ ਵਿੱਚ ਹੋਏ, ਇਹਨੂੰ ਤੁਸੀਂ ਤਲੀਆਂ 'ਤੇ ਚੁੱਕ ਲਵੋ, ਇਹਦਾ ਵਾਲ ਵੀ ਵਿੰਗਾ ਨਾ ਹੋਵੇ, ਇਹ ਤੁਹਾਨੂੰ ਮਿਲਣ ਵਾਸਤੇ ਆਉਂਦਾ ਪਿਆ। ਇਹ ਰੁੱਕਾ ਲਿਖ ਤਾ ਉਹਨਾਂ ਲਾ, ਪੁੱਤਰਾ ਲਈ ਜਾ, ਅੱਗੇ ਜਲੇ ਦੂਧ ਨੂੰ ਜਾ ਕੇ ਵੜੇਗਾ ਨਾ ਅਤੇ ਵਾਹ ਖੁੱਲੇਗੀ, ਹਨੇਰੀ ਆਵੇਗੀ, ਮਨਸਗੰਢ ਹੁੰਦੀ ਆਵੇਗੀ, ਛੇਤੀਆਂ ਰੁੱਕਾ ਅੱਗੇ ਕਰਦੀ, ਫਿਰ ਤੇਰੀ ਕੋਈ ਬੱਚਾ ਤਾਂ ਨਹੀਂ ਤਾਂ ਨਹੀਂ। ਉਹਨੇ ਕਿਹਾ, ਠੀਕ ਹੈ ਜੀ। ਲਓ ਜੀ ਉਹ ਲੜਕਾ ਟੁਰ ਪਿਆ, ਜਿਹੜੇ ਕੋ ਕਾਹ ਨੂੰ ਵੜਦਿਆਂ ਹੀ ਲਾਭੀ ਉਹ ਗੋਨੇਰੀ ਕੁੱਲੀ, ਮਨਸਗੰਢ ਹੁੰਦੀ ਆਈ, ਛੇਤਾ ਰੁੱਕਾ ਉਹਨੇ ਅੱਗੇ ਕੀਤਾ। ਉਹ ਬਲਾਈ ਜਿੰਨੀਆਂ ਹਨ ਉਦਾਰਾ ਹੋ ਗਈਆਂ। ਉਹਨਾਂ ਜਿਹੜਾ ਪੜ੍ਹਿਆ ਉਹਨਾਂ, ਹੋ ਸਾਡਾ ਤਾਂ ਪਨੇਵਾ ਅਤੇ ਸਾਡਾ ਦੋਤਰਾ ਆ ਗਿਆ, ਚੁੱਕ ਲਿਆ ਜੀ ਉਹਨਾਂ, ਕੋਈ ਐਂ ਚਾਹੀ ਜਾ, ਕੋਈ ਐਂ ਚਾਹੀ ਜਾ, ਕੋਈ ਐਂ ਚਾਹੀ ਜਾ, ਵਾਰੀ ਨਾ ਉਹਨਾਂ ਨੂੰ ਆਵੇ। ਲਓ ਸੱਜਣੋ, ਜਿਹੜੀ ਉਹ ਬਲਾਂ ਕੱਲਣ ਵਾਲੀ ਸੀ, ਉਹਦੀ ਮਾਂ ਬੁੱਲੀ ਅਤੇ ਉਹਦਾ ਪਿਓ ਬੁੱਲਾ ਦੇ, ਉਹ ਵੱਡੇ ਬੁੱਲੇ ਸਨ ਅਤੇ ਬਾਕੀ ਸਾਰੇ ਲਵੇ ਸਨ। ਉਹਨਾਂ ਆਖਿਆ, ਇਹ ਸਾਡਾ ਦੋਤਰਾ ਹੈ, ਅਸੀਂ ਕਿਸੇ ਦੇ ਕੋਲ ਨਹੀਂ ਜਾਣਦੇ, ਨਾ ਕੋਈ ਇਹਨਾਂ 'ਤੇ ਬਦਲ ਨਾ ਜਾਏ, ਆਖਰ ਇਨਸਾਨ ਹੈ, ਖਾਕੀ ਬੰਦੇ ਦਾ ਪੁੱਤਰ ਹੈ, ਅਤੇ ਕਿਉਂ ਕੋਈ ਇਹਨੂੰ ਨੁਕਸਾਨ ਪਹੁੰਚਾਏ, ਇਹਨੂੰ ਅਸੀਂ ਆਪਦੇ ਕੋਲ ਰੱਖਾਂਗੇ। ਠੀਕ ਹੈ ਜੀ, ਰੱਖ ਲਓ। ਹੁਣ ਬੁੱਲੀ ਅਤੇ ਬੁੱਲੇ ਨੇ ਉਹਨੂੰ ਲੜਕੇ ਨੂੰ ਕੋਲ ਰੱਖ ਲਿਆ, ਅਤੇ ਉਹਨਾਂ ਨੂੰ ਕਿਤੇ ਕੋਈ ਸ਼ਾਦੀ ਦਾ ਟਾਈਮ ਆਇਆ, ਅਤੇ ਜਿੰਨੀ ਉਹਨਾਂ ਦੀ ਪਲਟੂਨ ਸੀ ਸਾਰੀ ਉਹਦੇ ਸ਼ਾਦੀ ਨੂੰ ਉੱਡ ਗਏ, ਨਿਕਲ ਗਏ, ਵੇਲ ਹੋ ਗਈ। ਜਿਹੜਾ ਉਹ ਬੁੱਲਾ ਸੀ, ਉਹਨੇ ਆਖਿਆ, ਲੈ ਮੈਂ ਇਹਦੇ ਵਾਸਤੇ ਕੁੜਾ ਚੰਗਾ ਮੇਵਾ ਲਿਆਉਣਾ ਕਿਸੇ ਇਲਾਕੇ 'ਚੋਂ। ਉਹ ਬੁੱਲਾ ਵੀ ਚਲਾ ਗਿਆ, ਮਗਰੋਂ ਸੀ ਬੁੱਲੀ ਇਕੱਲੀ, ਵਡੇਰੀ ਉਮਰ ਦੀ। ਸੱਜਣੋਂ, ਵੇਖਿਆ ਕਿ ਇੱਕ ਵਿਹੜੇ ਦੇ ਵਿੱਚ ਕੁੱਕੜੀ ਟੁਰੀ ਫਿਰੇ, ਵਿਹੜੇ ਦੇ ਵਿੱਚ ਕੁੱਕੜੀ ਟੁਰੀ ਫਿਰੇ। ਉਹਨੇ ਪੁੱਛਿਆ, ਮਾਂ ਕੀ ਸ਼ਾਇ? ਉਹਨੇ ਕਿਹਾ, ਬੱਚਾ ਇਹਨੂੰ ਹੱਥ ਨਾਲ ਲਾਈ, ਇਹਦੇ 'ਚ ਮੇਰੀ ਜਾਨ ਹੀ, ਜੇ ਇਹਨੂੰ ਤੂੰ ਮਾਰੇਗਾ ਤਾਂ ਮੈਂ ਮਰ ਜਾਵਾਂਗੀ। ਅੱਛਾ, ਹੈਗਾ, ਠੀਕ ਹੈ। ਫਿਰ ਵੇਖਿਆ ਹੋਰ, ਉਹਨੇ ਕਿਹਾ, ਆ ਇੱਕ ਹੋਰ ਕੁੱਕੜੀ ਟੁਰੀ ਫਿਰਦੀ। ਉਹਨੇ ਕਿਹਾ, ਇਹਦੇ ਵਿੱਚ ਤੇਰੀ ਮਾਂ ਦੀ ਜਾਨ ਹੀ, ਇਹਨੂੰ ਮਾਰੇਗਾ ਤਾਂ ਉਹ ਮਰ ਜਾਏਗੀ। ਅੱਛਾ,
ਫਿਰ ਇੱਕ ਵੇਖਿਆ ਤਾਂ ਕਲਗੀ ਵਾਲਾ ਕੁੱਕੜ ਜਿਹਾ ਬੁੜਲਾ ਜਿਹਾ ਲਗਾ ਫਿਰੇ। ਉਹਨਾਂ ਕਹਾ ਇਹ ਕੌਣ ਲਗਾ? ਇਹਨੂੰ ਵੀ ਤੇਰੇ ਨਾਨੇ ਦੀ ਜਾਣ ਹੈ, ਜੇ ਇਹ ਮਰ ਗਿਆ ਤਾਂ ਤੇਰਾ ਨਾਨਾ ਮਰ ਜਾਏਗਾ। ਇਹਨਾਂ ਨੂੰ ਹੱਥ ਨਾ ਲਾਵੀ। ਉਹਨਾਂ ਕਹਾ ਮੈਨੂੰ ਕੋਈ ਲੋੜ ਹੈ ਅੰਮਾ ਇਹਨਾਂ ਨੂੰ ਹੱਥ ਲਾਉਣ ਦੀ? ਸਹੀ ਨੂੰ ਵੇਖਿਆ ਕਿ ਜੇ ਚੱਕੀ ਖੜੀ ਹੋਈ ਸੀ, ਆਹ ਜਿਹੜੀ ਦਾਣੇ ਪੀਣ ਵਾਲੀ ਚੱਕੀ ਨਹੀਂ, ਹੱਥ ਵਾਲੀ ਇਸ ਤਰ੍ਹਾਂ ਗੇਟ 'ਤੇ ਪੀਂਦੀਆਂ ਹਨ ਬੀਬੀਆਂ, ਚੱਕੀ ਖੜੀ। ਪੁੱਛਿਆ ਮਾਂ ਕੀ ਚੀਜ਼ ਹੈ? ਉਹਨਾਂ ਕਹਾ ਪੁੱਤਰ ਇਹਨੂੰ ਛੇੜੀ ਨਾ, ਜੇ ਇਹਦਾ ਸੱਜਾ ਗੇੜਾ ਦੇਵੇ ਤਾਂ ਤੇਰੇ ਜਿੰਨੇ ਮਾਮੇ ਮੂਮੇ ਨੇ ਸਭ ਖਤਮ, ਜੇ ਖੱਬਾ ਗੇੜਾ ਦੇਵੇ ਤਾਂ ਮਾਸੀਆਂ ਮੂਸੀਆਂ ਸਾਰੀਆਂ ਮਾਮੀਆਂ ਸ਼ਾਮੀਆਂ ਸਭ ਖਤਮ ਹੋ ਜਾਣਗੀਆਂ, ਰੜਾ ਫੂਕਿਆ ਜਾਏਗਾ। ਇਹਨਾਂ ਨੂੰ ਹੱਥ ਨਾ ਲਾਵੀ ਇਹਨਾਂ ਚੀਜ਼ਾਂ ਨੂੰ। ਉਹਨੇ ਕਹਾ ਮੈਨੂੰ ਲੋੜ ਹੀ ਕੋਈ, ਬੇਫਿਕਰ ਹੋ ਕੇ ਸੌ ਤੂੰ। ਲਓ ਜੀ ਬੁੱਲੀ ਆਦਾ ਲੰਮੀ ਹੋ ਗਈ, ਉਹਨੂੰ ਨਿੰਦਰ ਆ ਗਈ, ਛੇਤਰਾਂ ਨੇ ਕੁਕੜੀ ਫੱਦੀ ਬੁੱਲੀ ਵਾਲੀ, ਉਹਦੀ ਕੰਨੀ ਜਮਰੋੜੀ, ਉਹ ਉੱਥੇ ਮਰ ਗਈ। ਕੁੱਕੜ ਨੂੰ ਫੜ ਲਿਆ ਜੀ, ਉਹਦਾ ਕੰਨਾਂ 'ਚ ਮਰੋੜਿਆ, ਉਹਨੂੰ ਉੱਥੇ ਮਾਰ ਛੱਡਿਆ। ਅਤੇ ਜਿਹੜੀ ਦੂਜੀ ਸੀ ਉਹਦੀ, ਉਹ ਮਾਂ ਵਾਲੀ ਕੁੱਕੜੀ ਜਿਹੜੀ ਮੋਰ ਕੱਲਣ ਵਾਲੀ ਸੀ, ਉਹਨੂੰ ਫੜ ਕੇ ਨਾ ਛੇਤੀ ਨਾਲ ਉਹਦੀਆਂ ਲੱਤਾਂ 'ਚ ਬੰਨੀਆਂ, ਜੂੜ ਕੇ ਉੱਥੇ ਰੱਖ ਦਿੱਤਾ। ਉਹ ਉੱਥੇ ਜੂੜੀ ਗਈ ਅਤੇ ਚੱਕੀ 'ਚ ਬਹਿ ਗਿਆ ਦੋਸਤੋ। ਆਉਣ ਲੱਗਾ ਸੱਜੇ ਪੁੱਠੇ, ਸੱਜੇ ਪੁੱਠੇ, 10 ਮਿੰਟ ਸੱਜੇ ਪਾਸੇ ਗੇੜੀ, 10 ਮਿੰਟ ਪੁੱਠੇ ਪਾਸੇ ਗੇੜੀ, ਸ਼ਾਹੀ ਕੋ ਨਾ ਛੱਡੀ, ਕੱਖ ਨਾ ਛੱਡਿਆ ਉਹਨਾਂ ਦਾ, ਰੜਾ ਹੀ ਫੂਕ ਦਿੱਤਾ। ਉੱਠਿਆ ਉਹ ਕੁੜੀ ਨੂੰ ਕੱਛ 'ਚ ਮਾਰ ਲਿਆ ਜਿਹਨੂੰ ਜੂੜਿਆ ਸਵਾ, ਤੁਰ ਪਿਆ। ਸਜਣੋ ਜੇਲੇ ਉਹ ਹਟ ਕੇ ਆਇਆ ਉਸ ਬਾਬੇ ਕੋਲ, ਅਤੇ ਬਾਬੇ ਨੂੰ ਆ ਕੇ ਸਾਰਾ ਹਾਲ ਦੱਸਿਆ ਵੀ ਬਾਬਾ ਜੀ ਆਹ ਗੱਲ ਹੈ, ਅਤੇ ਮੈਂ ਤਾਂ ਤਲਾ ਮੁਲਾ ਹੀ ਖਤਮ ਕਰ ਆਇਆ ਉਹਨਾਂ ਦਾ। ਉਹਨੇ ਕਿਹਾ ਚੰਗਾ ਕੀਤਾ ਜੀ, ਉਹ ਚੱਕੀ ਜਿਹੜੀ ਤੂੰ ਗੇੜੀ ਹੈ ਨਾ, ਕੱਖ ਨਹੀਂ ਰਹਿ ਗਿਆ, ਅਤੇ ਆਹ ਜਿਹੜੀ ਤੂੰ ਕੁਕੜੀ ਫੱਦੀ ਫਿਰਨਾ, ਇਹਦੇ ਵਿੱਚ ਉਹਦੀ ਜਾਨ ਹੈ, ਜਿਹਨੇ ਤੈਨੂੰ ਪਿੱਛੋਂ ਕੱਲਿਆ ਇਹਨੂੰ ਨਾ ਛੱਡੀ। ਉਹਨੇ ਕਿਹਾ ਛੱਡਦਾ ਨਹੀਂ ਮੈਂ, ਇਹ ਬਾਦਸ਼ਾਹ ਨੂੰ ਜਾ ਕੇ ਸਿਲਸਿਲਾ ਵਿਖਾਉਣਾ ਹੈ। ਦੋਸਤੋ ਜਲੇ ਉਹ ਵਤਨ 'ਤੇ ਪਹੁੰਚਿਆ, ਬਾਦਸ਼ਾਹ ਨੂੰ ਆਖਿਆ ਆਓ ਜੀ ਬਾਦਸ਼ਾਹ ਸਲਾਮਤ, ਤੇਰੇ ਸਹੁਰਾਂ 'ਚ ਖੈਰ ਖਰੀਦ ਤੈਨੂੰ ਦੱਸਾਂ, ਚੱਲ ਖਾ ਤੌਲਰਾਂ 'ਚ। ਜਲੇ ਬਾਦਸ਼ਾਹ ਨਾਲ ਗਿਆ, ਉਹਨੇ ਕਿਹਾ ਖੈਰ ਖਰੀਦ ਦੱਸਾਂਗਾ ਤੇਰੀ ਬੇਗਮ ਦੇ ਕੋਲ, ਉਹਦੇ 'ਚੋਂ ਪੇਕੇ ਸਨ। ਉਹਨੇ ਕਿਹਾ ਵੇਦਾਰੀ ਮੇਰੇ ਨੂੰ। ਜਲੇ ਉਹਦੀ ਨਿਗਾਹ ਪਈ, ਭੱਜ ਕੇ ਉਹ ਨੇੜੇ ਲੱਗੀ, ਹੁਣ ਵੀ ਉਹ ਮੇਰੀ ਜਾਨ ਨੇ ਫੱਦੀ, ਦਵਾ ਦਵ ਉਹਨੇ ਆਉਂਦੀ ਕੰਨੀ ਮਰੋੜੀ, ਤੋਂ ਉੱਥੇ ਖਤਮ ਹੋ ਗਈ। ਉਹਨਾਂ ਕਹਾ ਵੇਖ ਲਿਆ ਸਿਲਸਿਲਾ, ਬਲਾ ਤਾਂ ਇਹ ਘੋੜੇ ਤੇਰੇ ਖਾਧੇ ਨੇ, ਮੁਲਕ ਤੇਰਾ ਇਹ ਸੂ ਜਾੜਿਆ, ਅਤੇ ਤੂੰ ਮੇਰੀਆਂ ਮਾਵਾਂ ਨੂੰ ਅੰਨਿਆਂ ਕਰਕੇ ਡਾਲੇ ਸੁੱਟ ਦਿੱਤਾ, ਮੈਂ ਤੇਰਾ ਪੁੱਤਰ ਹਾਂ, ਮੈਂ ਹੋਰ ਤਾਂ ਕੋਈ ਨਹੀਂ ਥਾ, ਤਾਂ ਫਿਰ ਮੈਨੂੰ ਤੂੰ ਕਲਦਾ ਪਿਆ ਉਹਦੇ ਬੀਜਾ ਖੈਰ ਖਰੀਦ ਲਾਇਆ, ਲੈ ਇਸ ਤਰ੍ਹਾਂ ਮੈਂ ਇਹਨਾਂ ਦਾ ਰੜਾ ਹੀ ਫੂਕ ਆਇਆ। ਉਹ ਲਿਆਉਂਦੇ ਕੰਨਾਂ ਦੀਆਂ ਖਿੜਕੀਆਂ ਖੁੱਲੀਆਂ, ਆਨੇ ਖੁੱਲ ਗਏ, ਦੇਖੋ ਮੇਰੇ ਕੋਲ ਤਾਂ ਬਹੁਤ ਗਲਤੀ ਹੋਈ, ਬਹੁਤ ਗਲਤੀ ਹੋਈ। ਲਓ ਜੀ ਉਸ ਬਾਦਸ਼ਾਹ ਨੇ ਉਹਨਾਂ ਵਿਚਾਰੀਆਂ ਨਵੀਨੀਆਂ ਨੂੰ ਖੂਹ ਦੇ ਵਿੱਚੋਂ ਕੱਢ ਕੇ ਲਿਆਂਦਾ, ਉਹਨਾਂ ਕੋਲ ਮਾਫੀਆਂ ਮੰਗੇ, ਤਰਲੇ ਲਵੇ, ਪਰ ਜਿਹੜਾ ਉਹਨਾਂ ਨਾਲ ਜ਼ੁਲਮ ਕੀਤਾ ਉਹ ਤਾਂ ਨਹੀਂ ਸੀ ਵਾਪਸ ਹੱਟਦਾ, ਅੱਖੀ 'ਚੋਂ ਕੱਢ ਦਿੱਤੀਆਂ, ਨਵੀਨੀਆਂ ਹੋ ਗਈਆਂ ਵਿਚਾਰੀਆਂ। ਫਿਰ ਉਹਨਾਂ ਨੂੰ ਉਹਨੇ ਘਰ ਰੱਖਿਆ, ਫਿਰ ਕਿ ਉਹਨੇ ਹੋਰ ਸ਼ਾਦੀ ਨਾ ਕੀਤੀ, ਅਤੇ ਤੌਬਾ ਤਾਂ ਇਹ ਵੀ ਕਰਦਾ ਰਿਹਾ, ਤੌਬਾ ਹੀ ਕਰਦਾ ਰਿਹਾ, ਅੱਲਾਹ ਅੱਗੇ ਰੋ ਰੋ ਕੇ ਦੁਆਵਾਂ ਹੀ ਕਰਦਾ ਰਹੇ ਵੀ ਮੈਨੂੰ ਬਖਸ਼ ਲੈ, ਮੇਰੇ ਕੋਲ ਜ਼ੁਲਮ ਹੋਇਆ। ਸਜਣੋ ਵਾਕਈ ਜ਼ੁਲਮ ਨਹੀਂ, ਜ਼ੁਲਮ
ਜ਼ੁਲਮ ਕਰਨ ਵਾਲੇ ਜਿਹੜੇ ਨੇ ਉਹ ਫਿਰ ਅੱਲਾਹ ਤੋਂ ਵਹਿੰਦਾ ਪਿਆ ਨਾ, ਜਿਹੜੇ ਜ਼ੁਲਮ ਕਿਸੇ 'ਤੇ ਕਰਦੇ ਨੇ। ਕੋਈ ਮਾੜਾ ਹੋਵੇ, ਕੋਈ ਤਕੜਾ ਹੋਵੇ, ਕਿਸੇ 'ਤੇ ਜ਼ੁਲਮ ਜਿਹੜਾ ਕਰਨ ਦੀ ਕੋਸ਼ਿਸ਼ ਕਰਦਾ ਉਹ ਨਹੀਂ ਕਰਨਾ ਚਾਹੀਦਾ। ਉਸ ਬਾਦਸ਼ਾਹ ਨੇ ਜਿੰਨਾ ਚਿਰ ਉਹ ਵਿਚਾਰੀਆਂ ਜੀਂਦੀਆਂ ਰਹੀਆਂ ਨੇ ਉਹਨਾਂ ਕੋਲੋਂ ਮਾਫੀਆਂ ਮੰਗਦਾ ਰਿਹਾ ਅਤੇ ਉਹਨਾਂ ਦੇ ਤਰਲੇ ਲੈਂਦਾ ਰਿਹਾ। ਉਹ ਮਾਫੀਆਂ ਉਹਨਾਂ ਦੇ ਵੀ ਛੱਡੀਆਂ, ਪਰ ਫਿਰ ਵੀ ਉਹ ਆਖਿਰ ਨਹੀਂ ਮੈਨੂੰ ਮਾਫ਼ ਕਰੋ। ਕੀ ਨਿਯਾਮ ਉਹਨੇ ਵੇਖਿਆ? ਇਹ ਦੋਸਤੋ ਗੱਲ ਇੱਥੇ ਮੁਕੰਮਲ ਹੋਈ। ਕਹਾਣੀ ਕਹਾਣੀ ਥੋੜ੍ਹੀ ਜਿਹੀ ਲਮੇੜੀ ਸੀ ਅਤੇ ਇਸ ਵਾਸਤੇ ਦੋਸਤਾਂ ਨੂੰ ਚਾਹੀਦਾ ਸ਼ੁਰੂ ਤੋਂ ਲੈ ਕੇ ਸਾਰੀ ਸੁਣਿਆ ਜੇ, ਵਿੱਚ ਛੱਡਿਆ ਜੇ ਨਾ ਗੱਲ ਸੁਣਨ ਵਾਲੀ ਜੇ। ਅਤੇ ਕੱਲ੍ਹ ਸ਼ਾਮ ਨੂੰ 7 ਵਜੇ ਇਨਸ਼ਾਅੱਲਾ ਜ਼ਿੰਦਗੀ ਦੀ ਫਿਰ ਮਿਲਾਂਗੇ। ਹੁਣ ਇਜਾਜ਼ਤ ਦਿਓ। ਅਸਲਾਮ ਅਲੈਕੁਮ। ਪਾਕਿਸਤਾਨ ਜ਼ਿੰਦਾਬਾਦ।